ਸਾਡੇ ਕੋਲੇ ਤਾਂ ਆ ਚੀਜ਼ ਰਹਿ ਗਈ ਅਸੀਂ ਕੋਟਾਂ ਦਾ ਅਸੀਂ ਕੋਟਾਂ ਦਾ ਸਤਿਕਾਰ ਕਰਦੇ ਆ ਮੈਂ ਨਹੀਂ ਚਾਹੁੰਦਾ ਵੀ ਮੈਂ ਜਦੋਂ ਪੇਛੀ ਤੇ ਜਾਵਾਂ ਇਹੋ ਜੀਆਂ ਵਰਦੀਆਂ ਪਾ ਕੇ ਅਦਾਲਤ ਚ ਬੜਾ ਮੈਂ ਸਤਿਕਾਰ ਕਰਦਾ ਕਿਉਂਕਿ ਰੱਬ ਤੋਂ ਬਾਅਦ ਮੈਨੂੰ ਅਦਾਲਤਾਂ ਤੇ ਵਿਸ਼ਵਾਸ ਹੈ ਵੀ ਮੇਰੇ ਹੱਕ ਚ ਭੁਗਤਣਗੀਆਂ ਕਦੇ ਤਾਂ ਸਾਡੇ ਕੋਲੇ ਹੁਣ ਇਹੋ ਜੀਆਂ ਵਰਦੀਆਂ ਰਹਿ ਗਈਆਂ ਅਸੀਂ ਖੂਨ ਦੇ ਲਿਬੜੇ ਹੋਏ ਕੱਪੜੇ ਪਾ ਕੇ ਸੜਕਾਂ ਤੇ ਨਿਕਲਾਂਗੇ ਸਰਕਾਰੇ ਜੇ ਤੇਰੀਆਂ ਨੀਤੀਆਂ ਦੇ ਵਿੱਚ ਭੋਰਾ ਹਿਸਾਬ ਨਾ ਆਇਆ ਤਾਂ ਮੈਂ ਪੁੱਤ ਦੀਆਂ ਖੂਨ ਨਾਲ ਭਿੱਜੀਆਂ ਹੋਈਆਂ ਸ਼ਰਟਾਂ ਪਾ ਕੇ ਤੇਰੀਆਂ ਪੇਛੀਆਂ ਤੇ ਆਇਆ ਕਰੂੰਗਾ ਇਹ ਮੇਰੀ ਮਜਬੂਰੀ ਬਣ ਗਈ ਤੂੰ ਗੈਂਗਸਟਰਾਂ ਨੂੰ ਐਨਕਾਂ ਲਵਾ ਲਾ ਗੋਗਲਾਂ ਲਵਾ ਲਾ ਉਹਨਾਂ ਤੋਂ ਮਹੀਨੇ ਦੇ ਤੇਰੇ ਭ੍ਰਿਸ਼ਟ ਅਫਸਰਾਂ ਨੂੰ ਸਾਨੂੰ ਵੀ ਆਪਣੇ ਪੈਂਤਰੇ ਬਦਲੀ ਕਰਦੇ ਪੈਣਗੇ ਅਸੀਂ ਲੋਕਾਂ ਦੇ ਵਿੱਚ ਖੂਨ ਦੇ ਭਿੱਜੜੇ ਕੱਪੜੇ ਪਾ ਕੇ ਤੁਹਾਡੇ ਸਾਹਮਣੇ ਆਵਾਂਗੇ ਵੀ ਸਾਡੀਆਂ ਵੀ ਆਂਦਰਾਂ ਦੀ ਦੁੱਖ ਦੀਆਂ ਅੰਦਰੋਂ ਜਦੋਂ ਅਸੀਂ ਉਹਨਾਂ ਦੀ ਇੰਨੀ ਚੜ੍ਹਤ ਵੇਖਦੇ ਹਾਂ ਕਾਹਦੇ ਲਈ ਅਸੀਂ ਸਰਕਾਰ ਦੇ ਕਮਾਊ ਪੁੱਤ ਬਣੇ ਅਸੀਂ ਗਰੀਬ ਘਰਾਂ ਚੋਂ ਜਵਾਕਾਂ ਨੂੰ ਉਠਾ ਕੇ ਇਸ ਕਾਬਲ ਬਣਾਇਆ ਉਹਨੇ ਤੇਰੇ ਖਜ਼ਾਨੇ ਦਾ ਬੋਭਾ 2-2 ਕਰੋੜ ਰੁਪਇਆ ਪਾ ਕੇ ਭਰਿਆ ਮੇਰੇ ਪੁੱਤ ਨੇ 31 ਤੱਕ ਮਰੇ ਹੋਏ ਨੇ ਵੀ 2 ਕਰੋੜ ਰੁਪਇਆ ਤੁਹਾਡੇ ਖਜ਼ਾਨੇ 'ਚ ਪਾਇਆ ਔਰ ਤੁਸੀਂ ਸਾਨੂੰ ਜਸਟਿਸ ਦੇਣ ਦੀ ਬਜਾਏ ਤੁਸੀਂ ਸਾਡਾ ਜਲੂਸ ਕੱਢਦੇ ਹੋ ਹਰੇਕ ਜਗ੍ਹਾ ਦੇ ਉੱਤੇ ਠੀਕ ਹੈ ਮੈਂ 57 ਸਾਲ ਦਾ ਹੋ ਗਿਆ ਮੇਰੇ 5 ਸਟੰਟ ਪਏ ਆ ਮੇਰੀ ਫਿਜ਼ੀਕਲ ਕੰਡੀਸ਼ਨ ਇਹੋ ਜਿਹੀ ਹੈ ਨਹੀਂ ਮੈਂ ਤੇਰੇ ਨਾਲ ਲੜ ਦਵਾਂ ਨਹੀਂ ਮਨ ਦੇ ਵਿੱਚ ਬਹੁਤ ਕੁਝ ਚੱਲਦਾ ਬੜਾ ਗੁੱਸਾ ਹੁੰਦਾ ਅਸਫਲ ਹਾਂ ਮੈਂ ਪਰਮਾਤਮਾ ਤੇ ਅਦਾਲਤਾਂ ਤੇ ਮੇਰਾ ਰੱਬ ਵਰਗਾ ਭਰੋਸਾ ਹੈ ਸਾਡੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਬੜੇ ਕਾਬਲ ਜੱਜ ਨੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਮੈਂ ਉਹਨਾਂ ਦੇ ਫੈਸਲਿਆਂ ਤੋਂ ਕਦੇ ਕਦੇ ਮਨ ਨੂੰ ਹੌਸਲਾ ਹੁੰਦਾ ਵੀ ਹੈਗਾ ਕੋਈ ਦੇਸ਼ ਨੂੰ ਸਾਂਭਣ ਵਾਲਾ ਮੈਂ ਸਾਰੀਆਂ ਮੇਰੇ ਜਿਹੜੇ ਸਤਿਕਾਰਯੋਗ ਜੱਜ ਸਾਹਿਬਾਨ ਉਹਦੇ ਚਰਨਾਂ 'ਚ ਬੇਨਤੀ ਕਰਦਾ ਵੀ ਗੈਂਗਸਟਰਾਂ ਨੂੰ ਤੁਸੀਂ ਸੁਰੱਖਿਆ ਦਿਓ ਲਾਜ਼ਮੀ ਦਿਓ ਪਰੰਤੂ ਇਹ ਦੇਖ ਲਓ ਜਿਹੜੇ ਅਸੀਂ ਗਰੀਬੜੇ ਤਾਂ ਇੱਥੇ ਰੋਜੀ ਰੋਟੀ ਲਈ ਘਰੋਂ ਨਿਕਲਦੇ ਹਾਂ ਸਾਡੀ ਸੁਰੱਖਿਆ ਦਾ ਧਿਆਨ ਵੀ ਤੁਸੀਂ ਰੱਖਿਓ ਕਿਉਂਕਿ ਜੇ ਇਹ ਬੁਲਟ ਪਰੂਫ ਗੱਡੀਆਂ ਸਾਨੂੰ ਬੱਚਿਆਂ ਨੂੰ ਸਾਡਿਆਂ ਨੂੰ ਕਤਲ ਕਰਕੇ ਇਹਦੀ ਸੁਰੱਖਿਆ ਲੈ ਕੇ ਘੁੰਮਣਗੇ ਕਿਤੇ ਨਾ ਕਿਤੇ ਜਾ ਕੇ ਜੱਜ ਸਾਹਿਬ ਆਹ ਗਰੀਬ ਜਿਹੜੇ ਟੈਕਸ ਦਿੰਦੇ ਆ ਤੈਨੂੰ ਇਮਾਨਦਾਰੀ ਦੇ ਨਾਲ ਉਹਨਾਂ ਦਾ ਹੌਸਲਾ ਜ਼ਰੂਰ ਟੁੱਟਦਾ ਕਿਤੇ ਨਾ ਕਿਤੇ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਗੌਰ ਕਰੋ ਮੈਂ ਤੁਹਾਡੇ ਦੇਸ਼ ਦਾ ਇੱਕ ਨਿਮਾਣਾ ਨਾਗਰਿਕ ਹਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੇਰੀ ਸਮਰੱਥਾ ਮੀਡੀਆ ਦੇ ਜ਼ਰੀਏ ਮੇਰੀ ਜਿਹੜੀ ਆਵਾਜ਼ ਆ ਤੁਹਾਡੇ ਤੱਕ ਪਹੁੰਚੇ ਮੈਂ ਤੁਹਾਨੂੰ ਸਾਰਿਆਂ ਤੋਂ ਆਸ ਦੀ ਉਮੀਦ ਰੱਖਦਾ ਇਸ ਗੱਲ ਦੀ ਵੀ ਤੁਸੀਂ ਮੈਨੂੰ ਗੱਲਾਂ ਨਾ ਪੈਣ ਦਿਓ ਮੇਰੇ ਸਿਰ 'ਤੇ ਹੱਥ ਰੱਖੋ ਮੇਰੇ ਨਾਲ ਬਹੁਤ ਵੱਡਾ ਧੱਕਾ ਕੀਤਾ ਇਹਨਾਂ ਜ਼ਾਲਮਾਂ ਨੇ ਔਰ ਮੇਰਾ ਤਾਂ ਮਾਰਤਾ ਇਹਨਾਂ ਨੇ ਬਾਕੀ ਦਾ ਛੱਡਣਾ ਤੁਹਾਡਾ ਵੀ ਨਹੀਂ ਜਿਹਨਾਂ ਤੁਸੀਂ ਇੱਥੇ ਆਏ ਹੋ ਜੇ ਏਡੀਆਂ ਏਡੀਆਂ ਖੇਪਾਂ ਜੇ ਸਾਡੇ ਜਿਹੜੀ ਦੇਸ਼ ਦੀ ਰੱਖਿਆ ਦੀ ਬਾੜ ਜਿਹਨੂੰ ਅਸੀਂ ਕਹਿ ਦਈਏ ਸਾਡੀ ਪੁਲਿਸ ਪ੍ਰਣਾਲੀ ਜੇ ਉਹਦੇ ਭ੍ਰਿਸ਼ਟ ਅਫਸਰ ਗੈਂਗਸਟਰਾਂ ਦੇ ਨਾਲ ਇੱਡੀ ਵੱਡੀ ਗੰਢ ਧੁੱਪ ਕਰ ਗਏ ਨੇ ਤਾਂ ਅਸੀਂ ਸੇਫ ਨਹੀਂ ਹੈਗੇ ਵੀਰੋ ਤੁਹਾਨੂੰ ਖੜੇ ਹੋਣਾ ਪਊਗਾ ਇਹੋ ਜਿਹੇ ਲੀਡਰਾਂ ਨੂੰ ਚਲਦੇ ਕਰਨਾ ਪਊਗਾ ਇਹੋ ਜਿਹੇ ਅਫਸਰਾਂ ਦਾ ਵਿਰੋਧ ਕਰਨਾ ਪਊਗਾ ਤੁਹਾਨੂੰ ਘਰਾਂ 'ਚੋਂ ਬਾਹਰ ਨਿਕਲਣਾ ਪਊਗਾ ਭਾਵ ਹੋਇਆ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਵਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ